ਪਟਿਆਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੀਆਰਟੀਸੀ ਦੀ ਬੱਸ ਦੇ ਨਾਲ ਹਾਦਸਾ ਵਾਪਰਿਆ। ਹਾਦਸੇ ਦੇ ਵਿੱਚ ਇਹ ਪੀਆਰਟੀਸੀ ਦੀ ਬੱਸ ਸੀ ਜਿਹੜੀ ਉਹ ਪਲਟ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਹ ਬੱਸ ਜਿਹੜੀ ਸ਼ਿਮਲਾ ਤੋਂ ਬਰਨਾਲਾ ਦੇ ਵੱਲ ਜਾ ਰਹੀ ਸੀ। ਇਹ ਸਵੇਰੇ 4:30 ਵਜੇ ਦੇ ਕਰੀਬ ਇਸ ਬੱਸ ਦੇ ਨਾਲ ਹਾਦਸਾ ਵਾਪਰ ਜਾਂਦਾ। ਇਸ ਹਾਦਸੇ ਦੇ ਵਿੱਚ ਇੱਕ ਟਰੱਕ ਦੇ ਨਾਲ ਇਸ ਬੱਸ ਦੀ ਟੱਕਰ ਹੋਈ ਆ। ਜਦੋਂ ਟੱਕਰ ਹੁੰਦੀ ਆ ਤਾਂ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਹੋਈ ਆ ਕਿ ਇਹ ਬੱਸ ਆ ਜਿਹੜੀ ਉਹ ਸੜਕ ਦੇ ਵਿੱਚਕਾਰ ਹੀ ਪਲਟ ਜਾਂਦੀ ਆ ਤਾਂ ਨਵੇਂ ਬੱਸ ਸਟੈਂਡ ਦੇ ਕੋਲੇ ਹਾਦਸਾ ਵਾਪਰਿਆ। ਇਹ ਸੈਡੀ ਜਿਹੜੀ ਸ਼ਿਮਲਾ ਤੋਂ ਰਵਾਨਾ ਹੋਈ ਸੀ ਬਰਨਾਲੇ ਦੇ ਵੱਲ ਤਾਂ ਜਦੋਂ ਬਰਨਾਲੇ ਦੇ ਵੱਲ ਜਾਂਦੀ ਆ ਪਟਿਆਲੇ ਪਹੁੰਚਦੀ ਆ ਤਾਂ ਨਵੇਂ ਬੱਸ ਸਟੈਂਡ ਦੇ ਕੋਲ ਇਸ ਦੇ ਨਾਲ ਹਾਦਸਾ ਵਾਪਰ ਜਾਂਦਾ ਇਸ ਦੀ ਟੱਕਰ ਆ ਜਿਹੜੀ ਉਹ ਟਰੱਕ ਦੇ ਨਾਲ ਹੋ ਜਾਂਦੀ ਹੈ ਤੇ ਟਰੱਕ ਦੇ ਨਾਲ ਟੱਕਰ ਹੋਣ ਦੇ ਕਾਰਨ ਇਹ ਬੱਸਾ ਜਿਹੜੀ ਸੜਕ ਦੇ ਵਿੱਚਕਾਰ ਹੀ ਪਲਟ ਜਾਂਦੀ ਆ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਸੀ ਪਰ ਪਤਾ ਲੱਗਿਆ ਕਿ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਪਰ ਮਾਲੀ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋਇਆ ਹੈ ਜਿਹੜੀਆਂ ਸਵਾਰੀਆਂ ਵਿੱਚ ਮੌਜੂਦ ਸਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਪਰ ਗੰਭੀਰ ਸੱਟਾਂ ਨੇ ਜਿਹੜੀਆਂ ਉਹ ਸਾਰੀਆਂ ਸਵਾਰੀਆਂ ਦੇ ਵਜਿਏ ਨੇ ਕਿਉਂਕਿ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਸੀ ਸ਼ਿਮਲੇ ਤੋਂ ਸਵਾਰੀ ਲੈ ਕੇ ਇਹ ਬਰਨਾਲੇ ਦੇ ਵੱਲ ਜਾ ਰਹੀ ਸੀ ਤਾਂ ਜਦੋਂ ਪਟਿਆਲੇ ਦੇ ਕੋਲ ਪਹੁੰਚੀ ਤਾਂ ਉਸ ਸਮੇਂ ਇਹ ਹਾਦਸੇ ਦਾ ਸ਼ਿਕਾਰ ਹੋ ਗਈ ਕਿਉਂਕਿ ਇੱਕ ਟਰੱਕ ਆ ਰਿਹਾ ਸੀ ਸਾਹਮਣੇ ਤੋਂ ਤੇ ਦੋਵਾਂ ਦੀ ਟੱਕਰ ਹੋ ਜਾਂਦੀ ਹੈ ਟੱਕਰ ਦੇ ਕਾਰਨ ਜਿਹੜੀ ਇਹ ਬੱਸ ਹੈ ਉਹ ਸੜਕ ਦੇ ਵਿੱਚਕਾਰ ਹੀ ਪਲਟ ਜਾਂਦੀ ਹੈ ਪੀ ਆਰਟੀਸੀ ਦੀ ਬੱਸ ਦੱਸੀ ਜਾ ਰਹੀ ਹੈ ਤੇ ਸਵੇਰੇ 4:30 ਵਜੇ ਦੇ ਕਰੀਬ ਇਹ ਹਾਦਸਾ ਜਿਹੜਾ ਉਬਾਪਰੇ ਸ਼ਮਲੇ ਤੋਂ ਰਵਾਨਾ ਹੋਈ ਸੀ ਬਰਨਾਲੇ ਦੇ ਵੱਲ ਤਾਂ ਜਦੋਂ ਪਟਿਆਲੇ ਦੇ ਕੋਲ ਨਵੇਂ ਬਾਸ ਸਟੈਂਡ ਦੇ ਕੋਲ ਪਹੁੰਚੀ ਤਾਂ ਉਸੇ ਸਮੇਂ ਹਾਸੇ ਦਾ ਸ਼ਿਕਾਰ ਹੋ ਗਈ ਟਰੱਕ ਦੇ ਨਾਲ ਟੱਕਰ ਹੋਈ ਸੀ ਜਿਸ ਕਰਕੇ ਸੜਕ ਦੇ ਵਿਚਕਾਰ ਈ ਇਹ ਜਿਹੜੀ ਪੀਆਰਟੀਸੀ ਦੀ ਬੱਸ ਸੀ ਉਹ ਪਲਟ ਜਾਂਦੀ ਹੈ ਤਾਂ ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਸੀ ਜਾਨੀ ਨੁਕਸਾਨ ਤੋਂ ਬਚਾਉ ਹੋਇਆ ਪਰ ਮਾਲੀ ਨੁਕਸਾਨ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੋਇਆ ਬੱਸ ਵੀ ਜਿਹੜੀ ਪੂਰੀ ਤਰ੍ਹਾਂ ਭੰਨੀ ਜਾ ਚੁੱਕੀ ਆ ਤੇ ਸਵਾਰੀਆਂ ਵੀ ਜਿਹੜੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਤਾਂ ਜ਼ਖਮੀ ਹੋਈਆਂ ਸਵਾਰੀਆਂ ਨੂੰ ਹੁਣ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਭਰਤੀ ਕਰਵਾ ਦਿੱਤਾ ਗਿਆ ਪਰ ਜੇ ਦੇਖਿਆ ਜਾਵੇ ਹੁਣ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੀਆਂ ਸੜਕ ਹਾਸਿਆ ਨੇ ਜਿਹੜੇ ਸੜਕ ਹਾਸੇ ਨੇ ਉਹ ਸਾਹਮਣਿਆਂ ਨੇ ਬੱਸਾਂ ਇਹਨਾਂ ਸੜਕ ਹਾਸਿਆ ਨਾਲ ਸ਼ਿਕਾਰ ਹੋਈਆਂ ਤਾਂ ਪਿਛਲੇ ਪਿੱਛੇ ਜੇ ਕੁਝ ਸਮੇਂ ਪਹਿਲਾਂ ਵੀ ਇੱਕ ਬੱਸ ਦੇ ਟਾਇਰ ਫਟੇ ਸੀ ਜਿਸ ਕਰਕੇ ਕਈ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਸੀ ਪਰ ਹੁਣ ਇਸ ਬੱਸ ਦੀ ਟੱਕਰ ਆ ਜੇ ਗੱਲ ਕਰ ਲਈਏ ਤਾਂ ਉਹ ਟਰੱਕ ਦੇ ਨਾਲ ਹੋਈ ਆ ਹਲੇ ਕਾਰਨ ਨਹੀਂ ਪਤਾ ਉਹ ਲੱਗੇ ਸਕੇ ਵੀ ਕਾਰਨ ਜਿਹੜੇ ਕੀ ਨੇ ਵੀ ਕਿਵੇਂ ਇਹਨਾਂ ਦੀ ਟੱਕਰ ਹੋਈ ਆ ਬੱਸ ਵਾਲੇ ਦੀ ਗਲਤੀ ਸੀ ਬੱਸ ਦਾ ਡਰਾਈਵਰ ਦੀ ਗਲਤੀ ਸੀ ਜਾਂ ਫਿਰ ਟਰੱਕ ਡਰਾਈਵਰ ਦੀ ਗਲਤੀ ਸੀ ਹਲੇ ਜਿਹੜੀ ਜਾਂਚ ਹੈ ਉਹ ਚੱਲ ਰਹੀ ਆ ਪਰ ਪਤਾ ਲੱਗਿਆ ਕਿ ਜਿਹੜੀਆਂ ਸਵਾਰੀਆਂ ਵਿੱਚ ਮੌਜੂਦ ਸੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਇਹ ਬੱਸ ਸੀ ਜਿਹੜੀ ਸ਼ਿਮਲਾ ਤੋਂ ਰਵਾਨਾ ਹੋਈ ਸੀ ਸ਼ਿਮਲਾ ਤੋਂ ਰਵਾਨਾ ਹੋ ਕੇ ਇਸ ਬੱਸ ਨੇ ਬਰਨਾਲੇ ਜਾਣਾ ਸੀ ਪਟਿਆਲੇ ਦੇ ਕੋਲ ਪਹੁੰਚਦੀ ਆ ਨਵੇਂ ਬੱਸ ਸਟੈਂਡ ਦੇ ਕੋਲ ਪਹੁੰਚੀ ਸੀ ਤਾਂ ਉਸ ਸਮੇਂ ਹੀ ਸੜਕ ਹਾਸੇ ਦਾ ਸ਼ਿਕਾਰ ਹੋਈ ਸੀ ਦੇ ਸਵਾਰੀਆਂ ਸੀ ਜਿਹੜੀਆਂ ਉਹਨਾਂ ਨੇ ਮਸੋ ਭੱਜ ਕੇ ਆਪਣੀ ਜਾਨ ਬਚਾਈ ਆ ਤੇ ਜਿਹੜੀਆਂ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ